ਬਟਾਲਾ ਵਿੱਚ ਪੁਲਿਸ ਲਾਈਨ 'ਚ ਡਿਊਟੀ ਨਿਭਾ ਰਹੇ ਏਐਸਆਈ ਸਰਬਜ ਸਿੰਘ ਦੇ ਘਰੋਂ ਚੋਰ ਕੀਮਤੀ ਸਮਾਨ ਅਤੇ ਕਰੀਬ 3 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਲਾਈਨ ਤੋਂ ਕੁਝ ਦੂਰੀ 'ਤੇ ਰਹਿਣ ਵਾਲੇ ਏਐਸਆਈ ਸਰਬਜ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਲਾਈਨ ਵਿੱਚ ਡਿਊਟੀ 'ਤੇ ਤੈਨਾਤ ਹਨ ਅਤੇ ਉਹ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਹੋਏ ਸਨ। ਜਦੋਂ ਉਹ ਘਰ ਪਰਤੇ ਤਾਂ ਉਹਨਾਂ ਦੇ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਜਦ ਉਹਨਾਂ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀਆਂ ਤਾਂ 2 ਚੋਰ ਆਉਂਦੇ ਜਾਂਦੇ ਕੈਮਰੇ ਵਿੱਚ ਕੈਦ ਹੋਏ ਪਾਏ ਗਏ। ਇਸ ਦੌਰਾਨ ਪੁਲਿਸ ਥਾਣਾ ਸਿਵਲ ਲਾਈਨ ਦੇ ਏਐਸਆਈ ਰਾਜਕੁਮਾਰ ਨੇ ਦੱਸਿਆ ਕਿ ਸਰਬਜੀਤ ਸਿੰਘ ਵੱਲੋਂ ਬੀਤੀ ਦੇਰ ਰਾਤ ਉਸਦੇ ਘਰ ਵਿੱਚ ਚੋਰੀ ਹੋਣ ਦੀ ਵਾਰਦਾਤ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਏਐਸਆਈ ਸਰਬਜੀਤ ਸਿੰਘ, ਸਨ ਆਫ ਸਰਦਾਰ ਨਿਸ਼ਾਨ ਸਿੰਘ, ਨਿਊ ਮਾਡਲ ਟਾਊਨ ਬਟਾਲਾ ਦਾ ਮੈਂ ਵਸਨੀਕ ਹਾਂ। ਕੱਲ੍ਹ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਗਏ ਕੋਈ 10:30 ਦੇ ਕਰੀਬ ਅਤੇ ਸ਼ਾਮ ਨੂੰ ਜੋ ਅਸੀਂ ਕੋਈ 6:30-7 ਵਜੇ ਦੇ ਕਰੀਬ ਵਾਪਸ ਆਏ ਤਾਂ ਘਰ ਆ ਕੇ ਵੇਖਿਆ ਕਿ ਜਿਹੜਾ ਮੇਨ ਤਾਲਾ ਸਾਡਾ ਘਰ ਦਾ ਉਹ ਟੁੱਟਾ ਹੋਇਆ ਸੀ ਗੇਟ ਦਾ। ਫਿਰ ਅਸੀਂ ਅੰਦਰ ਜਾ ਕੇ ਵੇਖਿਆ ਅਤੇ ਅੰਦਰ ਦੂਸਰਾ ਘਰ ਦਾ ਮੇਨ ਦੂਸਰਾ ਅੰਦਰ ਐਂਟਰੀ ਕਰੀ ਦੀ ਉਹ ਵੀ ਟੁੱਟਾ। ਫਿਰ ਅਸੀਂ ਕਮਰੇ ਵੇਖੇ, ਕਮਰਿਆਂ ਦਾ ਵੀ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਸਟੋਰ ਅਸੀਂ ਵੇਖਿਆ, ਸਟੋਰ ਦਾ ਤਾਲਾ ਟੁੱਟਾ ਸੀ, ਅਲਮਾਰੀ ਦਾ ਵੀ ਤਾਲਾ ਟੁੱਟਾ ਹੋਇਆ ਸੀ ਜਿਹਨੂੰ ਅਸੀਂ ਚੈੱਕ ਕੀਤਾ। ਅਤੇ ਸਾਡੇ ਅਸੀਂ ਕੋਈ ਕਮੇਟੀਆਂ ਚੁੱਕੀਆਂ ਸੀ, ਮਿਸਿਸ ਜੀ ਨੇ ਕਮੇਟੀਆਂ ਪਾਈਆਂ ਸਨ ਅਤੇ ਉਹ ਕਮੇਟੀ ਜਿਹੜੀ ਸੀ ਕੋਈ 3 ਲੱਖ ਦੇ ਕਰੀਬ ਸੀ, ਕੋਈ 1 ਲੱਖ ਰੁਪਏ ਸਾਡੇ ਘਰ ਪਹਿਲੋਂ ਪਿਆ ਸੀ ਅਤੇ 2 ਲੱਖ ਰੁਪਏ ਦੀਆਂ ਕਮੇਟੀਆਂ ਸੀ ਸਾਰੇ ਉਹ ਗੁਆਂਢੀਆਂ ਲਈ ਪਾਈਆਂ ਸੀ ਅਤੇ ਉਹ ਸਾਡਾ ਕੋਈ ਚੁੱਕ ਕੇ ਤਾਂ ਲੈ ਗਿਆ। ਜਿਹੜਾ ਉਹ ਅਸੀਂ ਸੀਸੀਟੀ ਕੈਮਰਾ ਚੈੱਕ ਕੀਤਾ ਉਹਦੇ ਵਿੱਚ ਆ ਫੋਟੋ ਵੀ ਆਈ ਹੋਈ ਆ ਉਹਨਾਂ ਬੰਦਿਆਂ ਦੀ, ਦੋਵਾਂ ਦੀ ਜਿਹੜੇ ਇਹਨਾਂ ਨੇ ਤੋੜਿਆ ਹੋਇਆ। ਅਤੇ ਮੈਂ ਆਪਣੇ, ਚਲੋ ਮੈਂ ਵੀ ਪੁਲਿਸ ਨੂੰ, ਮੈਂ ਖੁਦ ਵੀ ਕਰੂੰਗਾ ਇੱਕ ਚੀਜ਼ ਨੂੰ। ਹੈਲੋ, ਕਿੰਨੇ ਵਜੇ ਟਾਈਮ ਦੇ ਵਿੱਚ ਹੋਈ ਤਾਂ ਕਦੋਂ ਹੋਈ ਇਹ ਸਰ? ਇਹ ਕੋਈ 11-12 ਦੇ ਵਿੱਚ ਕਿਤੇ ਹੋਈ ਹੈ, ਕਿਉਂਕਿ ਮੈਂ ਪੱਕਾ ਨਹੀਂ ਕਹਿ ਸਕਦਾ ਕਿਉਂਕਿ ਮੈਂ ਚਲ ਗਿਆ ਵਾਂ ਅਤੇ 10:30 ਚਲ ਗਿਆ ਵਾਂ ਅਤੇ ਸ਼ਾਮ ਨੂੰ ਆਇਆ ਵਾਂ। ਇਸ ਟਾਈਮ ਦੇ ਵਿੱਚ ਹੀ ਕਿਤੇ ਚੋਰੀ ਹੋ ਗਈ? ਘਰ ਕੋਈ ਨਹੀਂ ਸੀ ਉਸ ਟਾਈਮ? ਘਰ ਵਿੱਚ ਕੋਈ ਨਹੀਂ, ਬਸ ਮੇਰਾ ਇੱਕ ਬੇਟਾ ਵਾ ਅਤੇ ਮਿਸ ਤਾਂ ਤਿੰਨੇ ਜੀ ਹਾਂ ਬਸ ਪਰਿਵਾਰ ਦੇ। ਨਹੀਂ ਸ਼ੱਕ ਤਾਂ ਕੋਈ ਨਹੀਂ, ਸ਼ੱਕ ਤਾਂ ਹੋ ਵੀ ਸਕਦਾ, ਚਲੋ ਫਿਰ ਵੇਖ ਦਿੰਦੇ ਫਿਰ ਤੁਸੀਂ ਚੱਲਣ ਡੀ, ਚਲੋ ਕਰਦੇ ਅਫਸਰ ਰਹੇ ਚਲੋ। ਆਏ ਦਿਨ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਤਾਂ ਪੁਲਿਸ ਹੀ ਲੱਭਦੀ ਹੈ, ਹੁਣ ਪੁਲਿਸ ਦੇ ਘਰ ਹੀ ਚੋਰੀ ਹੋਈ ਨਹੀਂ, ਬੜਾ ਵੱਡਾ ਸਵਾਲ ਹੈ ਕਿਵੇਂ ਵੇਚਦੇ? ਨਹੀਂ ਹਾਂਜੀ, ਇਹ ਤਾਂ ਚਲੋ ਠੀਕ ਹੈ ਜੀ, ਪੁਲਿਸ ਬਹੁਤ ਕੋਸ਼ਿਸ਼ ਕਰ ਰਹੀ ਆ, ਲੰਬੜੀ ਕੋਸ਼ਿਸ਼, ਬਹੁਤ ਕੇਸ ਜਿਹੜੇ ਚੋਰ ਫੜੇ ਵੀ ਆ ਪੁਲਿਸ ਨੇ ਬਹੁਤ। ਹੁਣ ਇਹ ਬਾਬੇ ਦਾ ਮੇਲਾ ਲੰਘਿਆ ਵਾ ਆਪਣੇ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਪੂਰਬ, ਉੱਥੇ ਬਹੁਤ ਚੋਰ ਜਿਹੜੇ ਕੀਤੇ ਫੜੇ ਆ ਅਤੇ ਇਹ ਆ ਵੀ ਚਲੋ ਚੋਰੀ ਹੁਣ ਵੱਧ ਰਹੀ ਆ, ਇਹ ਕੰਟਰੋਲ ਹੋ ਸਕਦਾ। ਪੰਜਾਬ ਪੁਲਿਸ ਆਪਾਂ 24 ਘੰਟੇ ਪੁਲਿਸ ਉੱਥੇ ਮੌਜੂਦ ਹੀ ਰਹਿੰਦੀ? ਨਹੀਂ, ਸਕਿਉਰਟੀ ਤਾਂ ਵੇਖੋ ਜੀ ਪੁਲਿਸ ਲਾਈਨ ਲੱਗੇ ਹੈਗੀ, ਜ਼ਰੂਰ ਹੈਗੀ, ਉੱਥੇ ਸਕਿਉਰਟੀ ਬਹੁਤ ਹੀ ਆ, ਪਰ ਉਹ ਪੁਲਿਸ ਲਾਈਨ ਦੇ ਉੱਤੋਂ ਇਹ ਸਾਡਾ ਘਰ ਜਿਹੜਾ ਕਾਫੀ ਯਾਨੀ ਕਿ ਕੋਈ 300-400 ਕਦਮ 300-400 ਮੀਟਰ ਪਿੱਛੇ ਆ ਅਤੇ ਗਲੀ ਦੇ ਵਿੱਚ ਆ ਉਹਨਾਂ ਜਿਹੜੀ ਪੁਲਿਸ ਲਾਈਨ ਦੀ ਸਾਨੂੰ ਬੈਕ ਇੱਕ ਸਾਈਡ ਪੈਂਦੀ ਆ, ਉੱਥੇ ਜਦੋਂ ਪੁਲਿਸ ਲਾਈਨ ਵਿੱਚ ਉਹ ਪੁਲਿਸ ਮੁਲਾਜ਼ਮ ਨਹੀਂ ਕੁਛ ਕਰ ਸਕਦੇ ਇਹਦੇ। ਅਸੀਂ ਦਰਖਾਸਤ ਦਿੱਤੀ ਆ ਚੌਂਕੀ ਸਿੰਬਲ ਨੂੰ ਅਤੇ ਉਹ ਕੋਈ ਕਾਰਵਾਈ ਕਰਨ ਡੇ ਆ, ਤਸਵੀਰ ਕਰਨ ਡੇ ਆ ਅਤੇ ਆਸ ਆ ਵੀ ਚਲੋ ਇਨਸਾਫ ਮਿਲੇਗਾ ਜੀ। ਸਰਬਜੀਤ ਸਿੰਘ ਆ, ਪਤਾ ਨਿਸ਼ਾਨ ਸਿੰਘ, ਨਿਊ ਮਾਡਲ ਟਾਊਨ ਬਟਾਲਾ। ਇਹ ਕੱਲ੍ਹ ਆਪਣੇ ਪਰਿਵਾਰ ਸਮੇਤ ਕੱਥੂ ਨਗਰ ਮੱਥਾ ਟੇਕਣ ਗਏ ਸੀ, ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ। ਜਦੋਂ ਸ਼ਾਮੀ ਪੇ ਘਰ ਆਏ, ਵਾਪਸ ਆਏ ਅਤੇ ਉਹਨਾਂ ਦੇ ਘਰ ਦੇ ਜਿੰਦੇ ਜਦੋਂ ਟੁੱਟੇ ਸੀ ਅਤੇ ਜਦੋਂ ਆਪਣਾ ਸਮਾਨ ਸਮੂਹ ਵੇਖਿਆ ਖਿੱਲੇ ਦੇ ਖੁੱਲਾ ਪਿਆ ਸੀ ਅਤੇ ਆਪਣਾ ਚੱਕ ਚੁੱਕ ਕੀਤਾ ਅਤੇ ਘਰ ਵਿੱਚ ਇਹਨਾਂ ਕਮੇਟੀਆਂ ਜਿਹੜੀਆਂ ਪਈਆਂ ਸੀ ਉਹ ਕਮੇਟੀਆਂ ਚੁੱਕੀਆਂ, ਕੋਈ ਕਰੀਬ 3 ਲੱਖ ਰੁਪਇਆ ਹੈਗਾ ਸੀ ਉਹ ਚੋਰੀ ਕਰਕੇ ਲੈ ਗਏ ਨਾਮਜ਼ੂਮ ਵਿਅਕਤੀ ਜਿਹੜੇ ਅਤੇ ਇਹਦੇ ਬਿਆਨ ਕਲਮਬੱਧ ਕੀਤੇ ਗਏ ਆ, ਉਹਦੇ ਮੁਤਾਬਕ ਜਿਹੜੀ ਪਰਚਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਰਾਤੀ ਰਾਤ ਇਹਨਾਂ ਜੋ ਵੀ ਹੈਗਾ ਸਭ ਜੋ ਵੀ ਇਹਨਾਂ ਬਿਆਨ ਕਲਮਬੱਧ ਕਰਕੇ ਅਗਲੀ ਕਾਰਵਾਈ ਕੰਮ ਲਿਆਂਦੀ ਜਾਵੇਗੀ। ਹਾਂ, ਵੇਖਿਆ ਮੌਕਾ ਵੇਖਿਆ ਜੀ। ਇਹ ਆਪਣੇ ਗਸਤਾਂ ਜੀ ਵਧਾਈਆਂ ਜਾਣਗੀਆਂ ਜੋ ਵੀ ਆ, ਅਤੇ ਫਿਰ ਵੀ ਜਿਹੜੀ ਆਪਣੇ ਜੇ ਬੰਦੇ ਕਰਕੇ ਖੁਫੀਆ ਸੋਰਸ ਲਾ ਕੇ ਬੰਦੇ ਛੇਤੀ ਟਰੇਸ ਕਰਕੇ ਅਤੇ ਕਾਰਵਾਈ ਕੀਤੀ ਜਾਵੇਗੀ। ਦਸ ਟੈਲੀ ਨਿਊਜ਼ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ।